ਬਹੁਤ ਪਿਆਰ ਮਿਲਿਆ ਬਈ ਇੱਥੇ ਮੈਨੂੰ, ਬਹੁਤ ਜ਼ਿਆਦਾ ਇੰਨਾ ਕੀਤਾ ਇਹਨਾਂ ਸਾਰਿਆਂ ਨੇ ਮੇਰਾ, ਕਿਉਂਕਿ ਲਓ ਜੀ ਤਾਇਆ ਜੀ ਨੂੰ ਆਪਾਂ ਛੱਡ ਤਾ ਤੇ ਬਠਿੰਡੇ ਪਹੁੰਚ ਗਏ ਸੀਗੇ। ਹੁਣ ਚਾਚੀ ਗੁੰਨੂ ਬਣਾ ਰਹੀ ਅੱਜ ਮਖਾਣੇ, ਤੇ ਕਹਾ ਤਾਂ ਇਹਨੇ ਐ ਨੀ ਕਿ ਬੈਠੀ ਬੈਠੀ ਉੱਠ ਕੇ ਮੈਂ ਮਖਾਣੇ ਬਣਾਉਣਾ, ਬਣਾਉਣੇ ਆਉਂਦੇ ਤੈਨੂੰ? ਲੰਡੂਆਂ ਦੀ ਚੱਕੜੀ ਦੀ ਕਾਲ ਫੱਕੇ ਮਾਲ ਫੱਕੇ ਮਾਲ ਆਓ ਜੱਟ ਕੇ ਜਕੀਨ ਸਾਲੇ ਆਓ ਸਾਰੇ ਆ ਗਏ, ਚਾਦਰ ਵੀ ਆ ਗਈ ਮੰਮੀ ਇਹਨਾਂ ਜਿਹੜੇ ਖਾਦੇ ਜਾਂਦੇ ਆ। ਅਪ੍ਰੈਲ ਫੂਲ ਪੋਪਟ ਹੋ ਗਿਆ ਪੋਪਟ। ਨਵੀਂ ਕਲਾਸ ਚ ਹੋ ਗਏ, ਦੋ ਦਿਨ ਰਹਿ ਗਏ ਭਾਈ, ਇਹ ਵੀ ਜਾਣਗੇ ਚਾਰ ਤੋਂ ਸਕੂਲ, ਨਵੇਂ ਸੈਸ਼ਨ, ਯੈਸ, ਨਵੇਂ ਟੀਚਰ, ਨਵੀਂ ਕਲਾਸ, ਸੈਸ਼ਨ ਥੋੜੀ ਨਵਾਂ। ਸਾਈਕਲ ਵੀ ਸਾਫ ਕਰਤਾ ਸੀਗਾ, ਹੁਣ ਆਪਾਂ ਕਿਹੜਾ ਮਨ ਚੱਲਿਆ ਸਾਈਕਲ ਤੇ, ਠੀਕ ਹੈ। ਇਹ ਆਪਾਂ ਕੀੜੀਆਂ ਨੂੰ ਪਾਉਣ ਜਾਂਦੇ ਹਾਂ ਤੇ ਅਖਬਾਰ ਬਾਹਰ ਰੱਖਦੇ ਹਾਂ, ਠੀਕ ਹੈ। ਫਿਰ ਅੱਜ ਮੈਂ ਤੁਹਾਨੂੰ ਸਪੈਸ਼ਲ ਚੀਜ਼ ਦਿਖਾਊਂਗੀ ਜੇ ਦਿਖਾਈ ਗਈ ਤਾਂ, ਠੀਕ ਹੈ। ਪਹਿਲਾਂ ਆਪਾਂ ਇੱਥੇ ਅਖਬਾਰ ਰੱਖ ਦਈਏ ਅਤੇ ਆਪਾਂ ਚੀਟੀਆਂ ਨੂੰ ਪਾ ਕੇ ਆਵਾਂਗੇ ਪਾਰਕ ਦੇ ਵਿੱਚ। ਆਪਾਂ ਚੀਟੀਆਂ ਦਾ ਦਾਣਾ ਪਾ ਦਿੱਤਾ ਸੀਗਾ, ਆਪਾਂ ਪਾਰਕ ਦੇ ਵਿੱਚ ਪਾਉਂਦੇ ਹੁੰਦੇ ਹਾਂ। ਮੈਂ ਬਰਡਸ 'ਤੇ ਵੀ ਪਾ ਦਿੰਦੀ ਹੁੰਦੀ ਹਾਂ, ਆਏ ਨੰਨੇ। ਹੋਰ ਸਾਰਿਆਂ ਪਿਆਰ ਭਾਈ ਸਤਿ ਸ਼੍ਰੀ ਅਕਾਲ, ਨਮਸਤੇ, ਗੁੱਡ ਮਾਰਨਿੰਗ, ਉਮੀਦ ਕਰਦੇ ਤੁਸੀਂ ਸਾਰੇ ਠੀਕ ਹੋਵੋਗੇ, ਘੈਂਟ ਹੋਵੋਗੇ। ਵੈਲਕਮ ਬੈਕ ਇਨ ਅਵਰ ਨਿਊ ਵਲੌਗ। ਅੱਜ ਫਿਰ ਆਪਾਂ ਗੱਡੀ ਤੋਂ ਸਟਾਰਟ ਕੀਤਾ ਅਤੇ ਅੱਜ ਚੱਲੇ ਹਾਂ ਜਿਹੜੇ ਤਾਇਆ ਜੀ ਆਏ ਹੋਏ ਆਪਣੇ USA ਵਾਲੇ ਦੋਸਤ ਦੇ ਤਾਇਆ ਜੀ, ਅਤੇ ਉਹਨਾਂ ਨਾਲ ਕੰਮ ਸੀਗਾ ਆਪਾਂ ਨੂੰ ਅੱਜ, ਅਤੇ ਬਸ ਭੱਗ ਕੇ ਚੱਲੇ ਹੈ। ਉਹ ਖੜ੍ਹੇ ਹੈ USA ਵਾਲੇ ਟੋਰ ਕੱਢ ਕੇ ਖੜ੍ਹੇ ਹੈ। ਸਤਿ ਸ਼੍ਰੀ ਅੰਕਲ ਜੀ। ਲਓ ਜੀ ਬਾਜ਼ਾਰ ਪਹੁੰਚ ਗਏ ਸੀ ਆਪਾਂ, ਤਾਇਆ ਜੀ ਗਏ ਆ ਇੱਧਰ ਕੰਮ, ਅਤੇ ਇਸ ਤੋਂ ਬਾਅਦ ਜਾਵਾਂਗੇ ਬਾਜ਼ਾਰ ਵਾਲੇ ਕੰਮ ਨਬੇੜ ਕੇ, ਫਿਰ ਜਾਵਾਂਗੇ ਭਗਤੇ ਪਿੰਡ ਇਹਨਾਂ ਦਾ, ਉੱਥੇ ਮਿਲਾ ਕੇ ਇਹਨਾਂ ਨੂੰ, ਕਿਉਂਕਿ ਇਹਨਾਂ ਨੇ ਨਾ
ਕੱਲ ਇਹਨਾਂ ਦੀ ਫਲਾਈਟ ਹੈ ਮੰਗਲਵਾਰ। ਹਾਂਜੀ ਉਹ ਵੀ ਖੁੱਲੀ ਮਨੋਹਰ ਨਾਲ ਆ ਰਹੀ ਉਹ ਵੀ ਬੰਦ ਹੈ। ਚਲ ਕੋਈ ਨਹੀਂ ਆ ਜਾਂਦਾ ਸਮਾਂ। ਕਿਆ ਬਾਤ ਹੈ ਬਾਜ਼ਾਰ ਕਿੱਡਾ ਸੋਹਣਾ ਸਜਾਇਆ, ਉੱਪਰ ਲੜੀਆਂ ਲੱਗੀਆਂ ਹੋਈਆਂ। ਹਾਂਜੀ ਹਾਂਜੀ ਠੀਕ ਹੈ ਸਵਾਦ। ਅੱਛਾ ਲਓ ਜੀ ਤਾਇਆ ਨੂੰ ਕਰਾਤਾ ਆਪਾਂ ਬ੍ਰੇਕਫਾਸਟ। ਤਾਇਆ ਜੀ ਨੂੰ ਮੈਂ ਤਾਂ ਕਿਹਾ ਸੀ ਘਰੇ ਲੈ ਚੱਲਦੇ, ਬਹੁਤ ਜ਼ੋਰ ਲਾਇਆ ਸੀ ਘਰੇ ਆ ਜਾਓ ਘਰੇ ਖਾਵਾਂਗੇ ਆਲੂ ਵਾਲੇ ਪਰੌਂਠੇ ਘਰੇ ਬਣਵਾ ਲੈਂਦੇ ਹਾਂ। ਕਹਿੰਦੇ ਨਹੀਂ ਨਹੀਂ ਬਾਹਰ ਹੀ ਖਾਵਾਂਗੇ, ਕਹਿੰਦੇ ਘਰੇ ਕਿਉਂ ਤੰਗ ਕਰਨਾ। ਧਰਮਸ਼ਾਲਾ ਗੁਰੂ ਰਵਿਦਾਸ ਜੀ ਦੀ ਕਿਆ ਬਾਤ ਹੈ ਸਾਡੇ ਬਾਬਾ ਜੀ ਤੇ ਪਹੁੰਚ ਕੇ ਭਗਤ ਤੇ ਤਾਇਆ ਜੀ ਖੁਸ਼ ਹੋ ਗਏ ਪੂਰੇ। ਕਹਿੰਦੇ ਖੁਸ਼ ਹੋ ਗਿਆ ਮੈਂ ਕਹਿੰਦੇ ਪਿੰਡ ਆ ਕੇ, ਬਹੁਤ ਟਾਈਮ ਬਾਅਦ ਆਇਆ ਨਾ ਆਪਦੇ ਪਿੰਡ ਤੇ ਆਪ ਨੂੰ ਵੀ ਖੁਸ਼ੀ ਮਿਲੀ ਕਿ ਜੇ ਇਹਨਾਂ ਨੂੰ ਲੈ ਕੇ ਆਇਆ ਮੈਂ। ਯਾਰ ਦੋਸਤ ਨੇ ਹੁਕਮ ਦਿੱਤਾ ਤੇ ਆਪਾਂ ਨਾਲ ਆ ਗਏ, ਉਹ ਆਪਣਾ ਇੰਨਾ ਕਰਦਾ ਤੇ ਆਪਣਾ ਵੀ ਫਰਜ਼ ਬਣਦਾ ਹੈ ਕਿ ਆਪਾਂ ਵੀ ਕਰੀਏ ਹਨਾ। ਉਹ ਬਾਹਰ ਬੈਠਾ ਬੇਫਿਕਰ ਆਇਆ ਕਿ ਹੁਣ ਚੱਲ ਮਿੰਟੂ ਨਾਲ ਹੈ ਤਾਇਆ ਜੀ ਦੇ, ਕੋਈ ਟੈਨਸ਼ਨ ਨਹੀਂ ਗੀ। ਅੱਛਾ ਲਓ ਜੀ ਤਾਇਆ ਜੀ ਮਿਲੀ ਜਾਂਦੇ ਸਾਰਿਆਂ ਨੂੰ। ਲਓ ਜੀ ਉਹ ਸਾਹਮਣੇ ਘਰ ਆ, ਉਹ ਆਪਣੇ ਰਿਲੇਟਿਵਸ ਦਾ ਘਰ ਆ, ਉਹ ਸਾਹਮਣੇ ਪੀਲਾ ਜਿਹਾ ਸ਼ਟਰ ਹੈ, ਦੇਖਦੇ ਹਾਂ ਜਾ ਕੇ ਆਉਂਦੇ ਹਾਂ। ਅਤੇ ਗੱਡੀ ਆਪਾਂ ਗੁਰਦੁਆਰੇ ਦੇ ਬਾਹਰ ਕਢਾਤੀ ਅਤੇ ਹੁਣ ਅੰਦਰ ਪਿੰਡ ਘੁੰਮਦੇ ਹਾਂ ਤਾਇਆ ਜੀ ਨਾਲ। ਅੱਛਾ ਲੈ ਜੀ ਇਹ ਕਹਿੰਦੇ ਹਨੀ ਕਾ ਮਕਾਨ ਸੀ ਹੈ ਨਾ ਪੁਰਾਣਾ ਘਰ। ਲੈ ਬਈ ਹਨੀ ਪੁਰਾਣਾ ਘਰ ਆਪਣਾ, ਹੁਣ ਤਾਂ ਕੀ ਹਾਲ ਹੋ ਗਿਆ ਨਾ ਘਰ ਦਾ। ਚਲੋ ਹੁਣ ਬਾਹਰ ਸੈੱਟ ਹੋ ਗਏ। ਹਾਂਜੀ ਪੁਰਾਣਾ ਦਰਵਾਜ਼ਾ ਦੇਖੋ ਬਾਰੀ ਬਣੀ ਹਨਾ ਪਹਿਲਾਂ ਵਾਲੀ। ਹਾਂਜੀ ਇਹ ਆਹੀ ਗਲੀ ਆਉਂਦੀ ਹੈ ਫਿਰ ਰਾਹ ਰਸਤਾ। ਅੱਛਾ ਰਸਤਾ ਇਹੀ ਆਉਂਦਾ ਠੀਕ ਹੈ। ਇਧਰੋਂ ਵੀ ਆ ਜਾਂਦਾ। ਹਾਂਜੀ ਡਰਾਈਵਰ ਮੁੰਡੇ ਅੱਗੇ ਬੱਸ ਤੇ ਜਦੋਂ ਜਾ ਕੇ ਮੁੰਡੇ ਨੂੰ ਮੈਂ ਤੁਸੀਂ ਚੜਾਏ। ਲਓ ਜੀ ਹੁਣ ਚੱਲਦੇ ਹਾਂ ਵਾਪਸੀ ਆਪਾਂ। ਲਓ ਜੀ ਇਹ ਹਨੀ ਦਾ ਘਰ ਸੀ ਸਾਡੇ ਦਾ। ਬਹੁਤ ਪਿਆਰ ਮਿਲਿਆ ਬਈ ਇੱਥੇ ਮੈਨੂੰ ਬਹੁਤ ਜ਼ਿਆਦਾ, ਇੰਨਾ ਕੀਤਾ ਇਹਨਾਂ ਸਾਰਿਆਂ ਨੇ ਮੇਰਾ ਕਿਉਂਕਿ ਡੈਡੀ ਨੂੰ ਸਾਰੇ ਜਾਣਦੇ ਆ ਇਹ। ਜਦੋਂ ਇਹਨਾਂ ਨੇ ਦੱਸਿਆ ਤਾਇਆ ਨੇ ਕਿ ਹੰਸ ਸਿੰਘ ਦਾ ਬੇਟਾ ਇਹ ਤੇ ਸਾਰੇ ਮੈਨੂੰ ਉੱਠ ਕੇ ਦੁਬਾਰਾ ਮਿਲਣ ਆਏ ਜੱਪੀ ਪਾ ਕੇ ਮਿਲੇ ਤੇ ਫਿਰ ਡੈਡੀ ਬਾਰੇ ਦੱਸਿਆ ਇਹਨਾਂ ਨੂੰ
ਤੇ ਵਿਚਾਰਿਆਂ ਦਾ ਬਹੁਤ ਮੂਡ ਖਰਾਬ ਹੋਇਆ। ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਹੰਸਾ ਐਂ ਹੋ ਗਿਆ ਵਿਚਾਰਾ। ਕਹਿੰਦੇ ਅਸੀਂ ਆਵਾਂਗੇ ਮਿਲਣ ਹੰਸੇ ਨੂੰ। ਕਹਿੰਦੇ ਕਹਿੰਦੇ ਬਹੁਤ ਪਿਆਰ ਸੀਗਾ ਹੰਸੇ ਦਾ, ਸਾਨੂੰ ਮਿਲ ਕੇ ਜਾਂਦਾ ਹੁੰਦਾ ਸੀ ਹਮੇਸ਼ਾ। ਉਹ ਜਦੋਂ ਵੀ ਭਗਤੇ ਆਉਂਦਾ ਸੀ, ਡੈਡੀ ਦਾ ਐਂ ਸੀਗਾ, ਜਦੋਂ ਵੀ ਉਹਨਾਂ ਨੂੰ ਜਾਂਦੇ ਸੀ ਉਹ ਮਿਲ ਕੇ ਜ਼ਰੂਰ ਜਾਂਦੇ ਸੀ ਸਾਰਿਆਂ ਨੂੰ, ਸਾਰੇ ਡੈਡੀ ਨੂੰ ਜਾਣਦੇ ਸੀ ਇਹ। ਬੜੀ ਖੁਸ਼ੀ ਮਨਾਈ ਇਹਨਾਂ ਨੇ, ਬੜੇ ਪਿਆਰ ਨਾਲ ਮਿਲੇ ਮੈਨੂੰ ਇਹ। ਪਰ ਡੈਡੀ ਦਾ ਅਫਸੋਸ ਮਨਾਇਆ ਬੋਲ, ਕਹਿੰਦੇ ਹੰਸਾ ਦਾ ਕਦੇ ਬਿਮਾਰ ਹੀ ਨਹੀਂ ਹੋਇਆ ਸੀਗਾ, ਢਿੱਲਾ ਹੋ ਗਿਆ ਕਹਿੰਦੇ ਵਿਚਾਰਾ ਉਹ। ਲਓ ਜੀ, ਗੁੰਨੂ ਬਣਾ ਰਹੀ ਅੱਜ ਮਖਾਣੇ। ਬੈਠੀ ਬੈਠੀ ਉੱਠ ਕੇ ਮੈਂ ਮਖਾਣੇ ਬਣਾਉਣਾ ਬਣਾਉਣੇ ਆਉਂਦੇ ਤੈਨੂੰ? ਪਹਿਲੀ ਵਾਰੀ ਬਣਾਉਣ ਲੱਗੀ ਆ। ਗੈਸ ਘੱਟ ਕਰ, ਘੱਟ ਗੈਸ, ਦੇਸੀ ਘਿਓ ਦੇ ਵਿੱਚ ਰੋਸਟ ਕਰਕੇ ਨਮਕ ਪਾ ਕੇ। ਕੀ ਡਿੱਗ ਗਿਆ? ਗਰਮ ਹੋਊ ਥੱਲੇ? ਕੀ ਆ, ਕੱਢ ਦੇ, ਵੈਸੇ ਹੀ ਆ ਤਾਂ ਸਾਈਡ ਤੇ ਰੱਖ ਦੇ। ਕਾਹਦੇ? ਦੋ ਦਿਨ ਥੋੜੇ ਦੇ ਰਹਿ ਗਏ, ਅੱਜ ਇੱਕ ਤਰੀਕ ਗਈ, ਦੋ ਤੇ ਤਿੰਨ, ਦੋ ਦਿਨ ਰਹਿ ਗਏ। ਬਸ 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 ਸਟੋਪ, ਫੇਰ ਥੋੜੇ ਹੋਰ ਪਾ ਲਾ, ਥੋੜਾ ਨਮਕ ਪਾ ਲਾ ਵਿੱਚ। ਫੁੱਲ ਤੇ ਰੱਖ ਲੈਣਾ। ਓ ਮਾਈ ਗਾਡ, ਚਲ ਨਮਕ ਪਾ ਦੋ। ਆਪਾਂ ਸਵਾਦ ਅਨੁਸਾਰ ਨਮਕ ਪਾਉਣਾ। ਬਲੈਕ ਸਾਲਟ, ਬਲੈਕ ਸਾਲਟ, ਚਲੋ ਮਿਕਸ ਕਰ ਦੋ। ਹੁਣ ਆਪਾਂ ਇਹਨੂੰ ਕਰ ਦੇਣਾ ਮਿਕਸ, ਹੌਲੀ ਹੌਲੀ ਕਰੋ। ਦੋ ਦਿਨ ਰਹਿ ਗਏ ਗੁੰਨੂ ਦੇ ਸਕੂਲ ਜਾਣ ਚ, ਗੁੰਨੂ ਦੇ ਸਕੂਲ ਜਾਣ ਚ ਖੁਸ਼ੀ ਹੋਈ ਜਾਂਦੀ ਆ, ਖੁਸ਼ੀ ਹੋਈ ਜਾਂਦੀ ਆ ਮੈਨੂੰ। ਜਾਣਗੇ ਤੇ ਮੈਂ ਵਿਹਲੀ ਹੋਊਗੀ। ਹੋਰ ਸਾਰਾ ਦਿਨ ਭੁੱਖ ਹੀ ਨਹੀਂ ਲੋਟ ਆਉਂਦੀ। ਲਓ ਜੀ, ਗੁੰਨੂ ਨੇ ਮਖਾਣੇ ਰੈਡੀ ਕਰਤੇ ਆ, ਆ ਜਾਓ ਖਾ ਲਓ ਤੁਸੀਂ ਵੀ ਸਾਰੇ ਜਾਣੇ। ਪਲੇਟ ਸੁੱਕੀ ਆ ਬੇਟਾ, ਪਲੇਟ 'ਚ ਪਾਉਣ ਲੱਗੀ ਆ, ਦੁੱਧ ਗਰਮ ਹੋ ਗਿਆ ਸਾਡਾ ਇੱਧਰ। ਪਾਲਾ ਸਾਰੇ ਜਾਣੇ ਖਾਇਆ ਕਰੋ ਜੀ, ਇਹਨਾਂ 'ਚ ਕੈਲਸ਼ੀਅਮ ਬਹੁਤ ਹੁੰਦਾ, ਸਾਡੀ ਵਾਸਤੇ ਬਹੁਤ ਬੈਸਟ ਅਤੇ ਬੱਚਿਆਂ ਵਾਸਤੇ ਵੀ ਬਹੁਤ ਬੈਸਟ। ਚਮਚ ਨਾਲ ਹੀ ਪਾ ਲਾ ਪੁੱਤ, ਗਰਮ ਆ, ਮੈਂ ਪਾ ਦਿੰਦਾ ਚਮਚ ਗਰਮ। ਲਓ ਜੀ, ਤਾਇਆ ਜੀ ਨੂੰ ਆਪਾਂ ਛੱਡਤਾ ਅਤੇ ਬਠਿੰਡੇ ਪਹੁੰਚ ਗਏ ਸੀਗੇ, ਹੁਣ ਚੱਲਦੇ ਹਾਂ ਆਪਾਂ ਘਰ ਨੂੰ। ਹੈਲੋ, ਆ ਗਿਆ, ਬਠਿੰਡੇ ਪਹੁੰਚ ਗਏ। ਚਲੋ ਜੀ, ਘਰੋਂ ਵੀ ਫੋਨ ਆ ਗਿਆ ਆਪਾਂ ਨੂੰ, ਬਠਿੰਡੇ ਕਾਹਦਾ ਪਹੁੰਚੇ, ਘਰੋਂ ਵੀ ਫੋਨ ਆ ਗਿਆ, ਕਹਿੰਦੇ ਕੁਛ ਖਾਣ ਨੂੰ ਲਿਆਈਏ, ਭੁੱਖ ਲੱਗੀ ਹੈ। ਚਲੋ ਹੁਣ ਖਾਣ ਨੂੰ ਲੈ ਕੇ ਆਉਂਦੇ ਹਾਂ। ਮੈਂ ਨਾ ਹੁਣ ਗਾਣੇ ਚਲਾਏ ਆ, ਹੁਣ ਇਕੱਲਾ ਬੈਠਾ ਨਾ, ਹੁਣ ਕੋਈ ਨਹੀਂ ਗਾ, ਅਤੇ ਹੁਣ ਗਾਣੇ ਲਾਏ ਆ। ਤਾਇਆ ਜੀ ਨਾਲ ਰੌਣਕ ਮੇਲਾ ਲੱਗਿਆ, ਜੀ ਲੱਗਿਆ, ਗੱਲਾਂ ਬਾਤਾਂ ਹੀ ਮਾਰਦੇ ਆਏ, ਗੱਲਾਂ ਬਾਤਾਂ ਮਾਰਦੇ ਗਏ ਅਤੇ ਗੱਲਾਂ ਬਾਤਾਂ ਮਾਰਦੇ ਆਏ ਤਾਇਆ ਜੀ ਨਾਲ। ਅਮਰੀਕਾ ਵਾਲੀਆਂ ਗੱਲਾਂ ਸੁਣੀਆਂ, ਇੰਡੀਆ ਵਾਲੀ ਗੱਲਾਂ ਸੁਣੀਆਂ, ਪੁਰਾਣੀਆਂ ਗੱਲਾਂ ਸੁਣੀਆਂ, ਫਿਰ ਉਹਨਾਂ ਵਾਲੇ ਪੁਰਾਣੇ ਜ਼ਮਾਨੇ ਦੀਆਂ, ਖੁਸ਼ੀ ਮਿਲੀ ਮਿਲ ਕੇ। ਅਤੇ ਹੁਣ ਤਾਇਆ ਜੀ ਨੇ ਜਾਣਾ ਕੱਲ੍ਹ, ਕੱਲ੍ਹ ਰਾਤ ਨੂੰ ਜਾਣਾ, ਫਲਾਈਟ ਆ ਉਹਨਾਂ ਦੀ। ਅਤੇ ਕੱਲ੍ਹ ਬਸ ਉਹਨਾਂ ਦੇ ਬੈਂਕ ਵਾਲੇ ਕੰਮ ਰਹਿ ਗਏ, ਕਿਉਂਕਿ ਅੱਜ ਬੈਂਕ ਬੰਦ ਸੀ, 1 April ਹੈ, ਸੁਬਹਾ ਉਹਨਾਂ ਦੇ ਸਾਰੇ ਕੰਮ ਨਿਬੇੜ ਕੇ ਫਿਰ ਆਪਾਂ ਉਹਨਾਂ ਨੂੰ ਗੱਡੀ ਚੜ੍ਹਾ ਦਾਂਗੇ ਦਿੱਲੀ ਵਾਲੀ। ਆਪ ਨੂੰ ਵੀ ਬੜਾ ਫੀਲ ਘੈਂਟ ਹੋਇਆ ਕਿ ਬਾਪੂ ਦੇ ਨਾਮ 'ਤੇ ਕਿੰਨੇ ਸਾਰੇ ਮੈਨੂੰ ਪਿਆਰ ਨਾਲ ਮਿਲੇ। ਉਹਨਾਂ ਨੂੰ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਡੈਡੀ ਬਾਰੇ ਕਿ ਉਹ ਬਿਮਾਰ ਪਏ ਹੈ। ਹੈਲੋ, ਹਾਂਜੀ,
ਲਓ ਜੀ ਐਜ਼ ਆਲਵੇਜ਼ ਦੀ ਤਰ੍ਹਾਂ ਆਪਾਂ ਦੁਬਾਰਾ ਫਿਰ ਉਹੀ ਫੂਡ ਟਰੱਕ 'ਤੇ ਆ ਗਏ ਆਪਣੇ ਮਨਪਸੰਦਿਤ ਫੂਡ ਟਰੱਕ 'ਤੇ ਆ ਗਏ, ਔਡਰ ਦੇ ਤਾ ਆਪਾਂ ਅਤੇ ਬਣਾਉਂਦੇ ਹਾਂ ਬਸ। ਨਾਲ ਆਪਣੀ ਝੋਟੀ ਖੜੀ ਵੀ ਕਿਹੜੀ ਸੋਹਣੀ ਲੱਗਦੀ ਹੈ, ਆਹ ਤਾਂ ਸਾਰਿਆਂ ਨੇ ਪੜ੍ਹ ਹੀ ਲਿਆ ਸੀਗਾ। 4 ਵੱਜ ਗਏ ਸ਼ਾਮ ਦੇ, ਹਜੇ ਤੱਕ ਨਹੀਂ ਆਏ ਜਨਾਬ ਜੀ, ਅੱਜ ਸੁਬਹਾ ਦੇ ਗਏ ਹੋਏ ਆ। ਜਦੋਂ ਘਰੋਂ ਬਾਹਰ ਹੁੰਦੇ ਆ ਨਾ ਫਿਰ ਅਸੀਂ ਸਾਰਾ ਕੁਛ ਸੁਣ ਸਰਾਂ ਕੁਛ ਨਹੀਂ ਖਾਣਾ ਹੁੰਦੇ ਕਰਦੇ, ਅਸੀਂ ਕੁਛ ਨਹੀਂ ਖਾਂਦੇ। ਹੁਣ ਫੋਨ ਆਇਆ ਕਿ ਆਉਣਾ ਮੈਂ, ਬਸ ਹੁਣ ਮੈਂ ਦੁੱਧ ਧਰ ਕੇ ਆਈ ਹਾਂ। ਦੇਖੋ ਜੇ ਕੁਛ ਲਿਆਉਣਗੇ ਤਾਂ ਖਾਣ ਨੂੰ, ਨਹੀਂ ਫਿਰ ਇਕੱਲਾ ਦੁੱਧ ਪੀ ਲਾਂਗੇ। ਠੀਕ ਹੈ ਠੀਕ ਹੈ, ਅਸੀਂ ਖੇਡਣ ਲੱਗੇ ਕਰੋ। ਦੁੱਧ ਬਣ ਗਿਆ ਹੁਣ ਤਾਂ ਫਿਰ ਵਿੱਚ ਛੱਡਣੀ ਪਊਗੀ ਤੁਹਾਨੂੰ। ਕਹਿੰਦੇ ਇਹ ਕੁਛ ਕਰ ਨਹੀਂ ਸਕਦਾ, ਧੌਣਾ ਉਹਨਾਂ ਦੀਆਂ ਚੌਕੀ ਲੈ ਕੱਢਣੇ ਆ, ਸਿਰ ਤੇ ਹੱਥ ਰੱਖੀ ਮੇਰੇ ਮਾਲਕਾ। ਕਈਆਂ ਦੇ ਵਹਿਮ ਕੱਢ ਦਿੱਤੇ ਤੇ ਕਈਆਂ ਦੇ ਹਜੇ ਕੱਢਣੇ ਆ। ਉਹ ਆ ਗਈ ਜੀ ਆਪਣੀ ਗੱਡੀ, 4:15 ਹੁਣ ਪਹੁੰਚਿਆ ਸੁਬਹਾ ਦੇ ਬਾਹਰ ਦੇ ਬਾਹਰ ਘੁੰਮਣ ਤੇ। ਘੁੰਮਣ ਤੇ ਨਹੀਂ ਸੀ, ਕੰਮ ਸੀਗਾ। ਤੁਹਾਨੂੰ ਦੱਸਿਆ ਹੀ ਆ ਕਿ ਆਪਣੇ ਰੈਲੇਟਿਵਸ ਆਏ, ਉਹਨਾਂ ਨਾਲ ਗਏ ਹੋਏ ਸੀਗੇ। ਹੱਥ ਮੇਂ ਤੋ ਲਫਾਫਾ ਹੈ, ਦੇਖਤੇ ਹੈ ਕਿਆ ਲੈ ਕੇ ਆਏ ਹੈਂ। ਯਹਾਂ ਸੇ ਕਰੇਂਗੇ ਐਂਟਰੀ। ਹੈਲੋ ਹੈਲੋ, ਆ ਗਏ ਇੰਨੀ ਲੇਟ? ਇੰਨੀ ਲੇਟ ਕੀ ਲੈ ਕੇ ਆਏ? ਭੁੱਖ ਲੱਗੀ ਸੀ, ਖਾਵਾਇਆ ਨਹੀਂ ਗਾ, ਫੇਰ ਵੀ ਭੁੱਖ ਲੱਗੀ। ਮੈਂ ਕਿਹਾ ਸੀ ਘਰੇ ਖਾਣ ਚੱਲੋ ਦੋਨੋਂ ਬ੍ਰੇਕਫਾਸਟ। ਮੈਂ ਕਿਹਾ ਘਰੇ ਬਣਿਆ ਪਿਆ ਤੰਗ ਕਰਨਾ, ਤੇ ਸ਼ਾਮ ਢਾਬੇ ਤੇ ਗਏ। ਫਿਰ ਲੜ ਪੇ ਚੱਪਲ ਦਿਓ ਮੈਨੂੰ, ਚੱਪਲ ਦਾ ਲਓ ਜੀ ਖਾ ਲਓ। KFC ਮੋਮੋਸ ਤੇ ਸ਼ੈਬੂ ਨੇ ਬਰਗਰ ਮੰਗਾਇਆ। ਆਹ ਕੱਲੀ ਚਟਨੀ ਖਾਊਗੀ, ਇਹ ਮੇਅਨੀਜ਼ ਖਾਊਗੀ ਕੱਲੀ, ਇਹਦੇ ਵਾਸਤੇ ਕੁਛ ਨਹੀਂ ਮੰਗਾਇਆ ਆਪਾਂ। ਠੀਕ ਹੈ। ਹੈਲੋ ਕੀ ਖਾਊਗੀ? ਮੋਨੀਜ਼ ਕੀ ਹੁੰਦਾ? ਚਲੋ ਖਾ ਲਓ, ਖਾ ਲਈਏ। ਦੁੱਧ ਆਪਣਾ ਰੈਡੀ ਆ, ਦੁੱਧ ਮੈਂ ਕਰੂੰਗਾ ਧਰਿਆ ਗਾ, ਤੁਹਾਨੂੰ ਦੱਸਿਆ ਨਾ, ਤੇ ਮੇਰੇ ਘਰ ਲਾਇਆ ਅੱਧਾ ਘੰਟਾ ਲੇਟ ਦੁੱਧ ਕੱਢ ਕੱਢ। 4 ਤੋਂ ਵੀ IPL ਦੇ ਵਿੱਚ 7 ਰਨ 2 ਆਊਟ। ਮੁੰਬਈ ਇੰਡੀਅਨਸ ਤੇ ਮੁੰਬਈ ਰਾਜਸਥਾਨ। ਗੁੰਨੂ ਨੇ ਮੇਰਾ ਕੀਤਾ ਨਿਊ ਹੇਅਰ ਸਟਾਈਲ, ਕਮਲੀ ਹੋ ਗਈ, 8 ਵਜ ਗਏ ਰਾਤ ਦੇ, ਹੁਣ ਮੇਰਾ ਬਾਲ ਲੈ ਕੇ ਬਹਿ ਗਈ, ਹਜੇ ਮੈਂ ਸਬਜ਼ੀ ਧਰਨੀ ਆ। ਜਾਣ ਦੇ ਮੈਨੂੰ ਇੱਕ ਮਿੰਟ, ਹੁਣ ਆ ਲੈ। ਸਬਸਕ੍ਰਾਈਬਰ ਕਹਿੰਦੇ ਅਸੀਂ ਤੁਹਾਨੂੰ ਕਿਹਾ ਸੀ ਵਲੌਗ 40 ਮਿੰਟਾਂ ਦੇ ਪਾਇਆ ਕਰੋ, ਤੁਸੀਂ ਉਦੋਂ ਛੋਟੇ ਕਰਤੇ ਕਹਿੰਦੇ। ਅੱਜ ਨਾਜ਼ੀ ਕਰ ਦਿੰਦੇ ਆ ਸਾਡੇ, ਡਿਲੀਟ ਕਰ ਹਾਂ।
ਹੋਰ ਕੀ ਕਹਿ ਦਿੰਦੇ ਆ, ਨਹੀਂ ਪਾਉਂ ਬਣਾਤਾ ਉਹ ਬਣਾਤਾ ਸਾਡੇ ਫਰੰਟ ਕੈਮਰਾ ਚਲਾ ਕੇ ਦੇ ਦੇਖ ਰਹੇ ਸੀਗੇ ਮੈਚ, ਠੀਕ ਹੈ। ਮੁੰਬਈ ਦੀ ਚੱਲੀ ਜਾਂਦੀ ਹੈ ਅਤੇ ਰਾਜਸਥਾਨ 46 ਰਨਸ ਲੈਂਦੇ, 4 ਆਊਟ ਹੋ ਗਏ। ਆਪਾਂ ਤਾਂ ਰਾਜਸਥਾਨ ਦੀ ਟੀਮ 'ਚ ਹੈਗੇ ਹਾਂ, ਠੀਕ ਹੈ ਗਾਈਜ਼। ਮੰਮਾ ਨੇ ਸਬਜ਼ੀ ਬਣਾਈ ਹੈ ਫੁਲੀਆਂ ਦੀ, ਆਹ ਦੇਖੋ ਮੰਮਾ ਰੋਟੀਆਂ ਬਣਾ ਰਹੇ ਨੇ ਅਤੇ ਸ਼ਾਇਦ ਖਾ ਰਹੇ ਆਲੂ ਦੇ ਪਰੌਂਠੇ ਨਾਲ ਰੋਟੀਆਂ। ਫਲੀਆਂ ਆ ਚੁੱਕੀਆਂ ਸੀਗੀਆਂ, ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਲੱਗ ਰਹੀਆਂ। ਤੇ ਮੈਂ ਰੁੜ ਗਈ ਗਾਈਸ, ਮੈਂ ਰੁੜ ਗਈ ਸੀਗੀ। ਇਹ ਹੈਗੀਆਂ ਫਲੀਆਂ, ਘਰ ਦੀਆਂ ਬਣੀਆਂ ਫਲੀਆਂ। ਆਪਾਂ ਰੋਟੀ ਖੜਦੇ ਹਾਂ ਇਹਦੇ ਵਿੱਚੋਂ, ਵਾਹ ਵਾਹ ਵਾਹ, ਇਹਦੇ ਵਿੱਚੋਂ ਕੱਢਾਂਗੇ ਤੂੰ ਗਮ 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 ਗਮ, ਉੱਪਰੇ ਕੱਢ ਲੈਂਦੇ। ਚੱਲ ਆ ਦੇਖੋ ਰੋਟੀ, ਚੱਲ ਇਹਦੇ ਥੱਲੋ ਵਾਲੀ ਕੱਢ ਲੈਂਦੇ ਹਾਂ, ਹੈ ਨਾ। ਰੋਟੀ ਆਪਾਂ ਕੱਢ ਲਈ, ਹਜੇ ਗਰਮ ਹੈ। ਕੀ ਖਾਓ ਗਾਈਸ, ਕੁਛ ਤੁਹਾਨੂੰ ਬਾਹਰ ਦਾ ਨਜ਼ਾਰਾ ਦਿਖਾਉਂਦੀ ਹਾਂ। ਔਨ ਟਾਈਮ ਮੇਰੀ ਰੋਟੀ ਵੀ ਠੰਡੀ ਹੋ ਜੂਗੀ, ਕੁਛ ਗਰਮ ਹੈ ਮੰਮਾ। ਗਾਈਸ ਕੁਛ ਬਾਹਰ ਦਾ ਨਜ਼ਾਰਾ ਕੁਛ ਇਹੋ ਜਿਹਾ, ਉਹਨਾਂ ਦਾ ਸਾਰਾ ਪੱਕਾ ਹੋ ਗਿਆ, ਉਹਨਾਂ ਨੇ ਅੱਗੇ ਕਰਤੇ ਲਾ ਤਾ।
ਕਰਨਾ ਤਾਂ ਗੇਟ ਪਿਆ ਇੱਥੇ ਹਨਾ ਆਪਣੀ ਗਰੀਲਾ ਦੇਖੋ ਹਾਏ ਹਾਏ ਕੀ ਹੋ ਗਿਆ ਹਾਲ ਹਨਾ ਕੀ ਹੋ ਗਿਆ ਇੰਨੀ ਵਧੀਆ ਚੀਜ਼ ਤੋਂ ਕਿੰਨੀ ਸੈਡ ਚੀਜ਼ ਹੋ ਗਈ ਹਨਾ ਗਾਈਸ ਆ ਦੇਖੋ ਆਪਣੇ ਜਿਹੜੇ ਪਿਆ ਸੀਗੇ ਉਹ ਵੀ ਸਾਰੇ ਕੀ ਹੋ ਗਏ ਖਰਾਬ ਹੋ ਗਏ ਮਿਰਚਾਂ ਪੱਟਤੀਆਂ ਅਸ਼ੋਕਾ ਟ੍ਰੀਸ ਲੱਗੇ ਹੋਏ ਨੇ ਉਹਨਾਂ ਨੂੰ ਪਾਣੀ ਦਿਆ ਕਰਾਂਗੇ ਹਨਾ ਉੱਗੇ ਨਹੀਂ ਹੈਲੋ ਕਿਵੇਂ ਆ ਇਹ ਸਾਡੀ ਹੈਗੀ ਆ ਯਾਦਵਿੰਦਰ ਦਾਦੀ ਨਾਲ ਦੇ ਘਰ ਰਹਿੰਦੇ ਨੇ ਠੀਕ ਹੈ ਬਹੁਤ ਸਵੀਟ ਨੇ ਸਵੀਟ 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 ਹਨਾ ਆਉਣੀ ਆ ਉਹ ਦੇਖੋ ਕਿੱਡਾ ਟ੍ਰੀ ਹੋ ਗਿਆ ਹਨਾ ਕੀ ਕਹਿੰਦਾ ਮੇਰੀ ਰੋਟੀ ਠੰਡੀ ਹੋ ਰਹੀ ਗਾਈਸ ਆ ਦੇਖੋ ਮੈਂ ਕਿੱਥੇ ਚੜ ਗਈ ਉਹ ਦੇਖੋ ਪੱਕਾ ਮੰਮੀ ਪਰਦੇ ਖਿੱਚੇ ਜਾਣਗੇ ਪੁੱਤ ਮਜ਼ਾਕ ਨਾਲ ਮਜ਼ਾਕ ਸੌਰੀ 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 ਆ ਮੇਰੀ ਰੋਟੀ ਹੈ ਇਹਨੀ ਸਬਜ਼ੀ ਖਾਣਗੇ ਤੂੰ ਅਰੇ ਉਹ ਸਾਬੂ ਮੰਮਾ ਨੇ ਮੈਂ ਤੁਹਾਡੇ ਨਾਲ ਖਾਣੀ ਆ ਕੀ ਚੱਲ ਰਿਹਾ ਹੁਣ ਹਜੇ ਖੇਡੀ ਬਾਕੀ ਹੈ ਸਾਡੇ ਪੈਰ ਲਵੇੜੀ ਜਾਂਦੇ ਸਾਰੇ ਮਿੱਟੀ ਚ ਚੱਲ ਉਧਰ ਦੀ ਧੋ ਕੇ ਉਧਰ ਦੀ ਅੰਦਰ ਆਇਓ ਇਹ ਕਿਹੜੀ ਗੇਮ ਆ ਦੇਖਿਆ ਇਹੋ ਜਿਹੇ ਕਵੜੇ ਜਵਾਕ ਤੁਸੀਂ ਕਿਸੇ ਅੜਕ ਜਾਓਗੇ ਡਿੱਗ ਜਾਓਗੇ ਬਹੁਤ ਜਗ੍ਹਾ ਉੱਚੀ ਨੀਵੀਂ ਆ ਜਾਓ ਫਿਰ ਰੋਂਦੇ ਆਉਂਗੇ ਅੰਦਰ ਰੋਂਦੇ ਫਿਰ ਮੈਂ ਉੱਤੋਂ ਹੋਰ ਕੁੱਟੂ ਫੜ ਕੇ ਚਲੋ ਉਦੋਂ ਗਾਈਸ ਦੇਖੋ ਕਿੰਨੇ ਜ਼ਿਆਦਾ ਕੁੱਤੇ ਆ ਦੇਖਿਓ ਪਾਪਾ ਦੇਖਿਓ ਕਿੰਨੇ ਕੁੱਤੇ ਫਿਰਦੇ ਆਪਣੇ ਬਾਹਰ ਆ ਤੁਹਾਨੂੰ ਦਿਖਾਵਾਂ ਆ ਦੇਖੋ ਇਹ ਜਾਲੀ ਚੋਂ ਨਹੀਂ ਦਿਸਦਾ ਹੁਣ ਨਹੀਂ ਦਿਸਦਾ ਜਾਲੀ ਦੇ ਵਿੱਚ ਕੈਮਰੇ ਲੱਗੇ ਹੋਣੇ ਪਤਾ ਚੱਲ ਜਾਂਦਾ ਹੁੰਦਾ ਦਾਦੀ ਦਾ ਫੋਨ ਅਸੀਂ ਦਾਦੀ ਕਹਿੰਦੇ 5 ਮਿੰਟਾਂ 'ਚ ਆਉਂਦੇ ਨੇ ਤੁਸੀਂ ਆ ਜਾਓ ਬਾਹਰ ਅਤੇ ਆਪਾਂ ਖੜ੍ਹੇ ਹੀ ਹਾਂ ਕੈਮਰੇ 'ਚ ਦੇਖੀ ਜਾਂਦੇ ਹਾਂ ਟਾਈਮ ਵੱਜ ਗਿਆ 9:05 ਅਤੇ ਆਹ ਦੇਖੋ ਮੇਰੀ ਟਰੋਫੀ ਖੜ੍ਹੀ ਇਹ ਸਾਰੇ ਮੇਰੇ ਕੱਪਸ ਪਏ ਨੇ ਆਹ ਦੇਖੋ ਹਨਾ ਸੋਹਣੇ ਲੱਗਦੇ ਆ ਨਾ ਪਏ ਦੇਖਦੇ ਆ ਕਦੋਂ ਆਉਂਦੇ ਆ ਫਿਰ ਤੁਹਾਨੂੰ ਦਿਖਾਉਂਦੇ ਹਾਂ ਕੁੱਤੇ ਭੱਜ ਗਏ ਕੁੱਤੇ ਤੁਹਾਨੂੰ ਪੋਟਿੰਗ ਕਰਕੇ ਜਾਂਦੇ ਆ ਗੰਦੇ ਹਾਂ ਗੰਦੇ ਆ ਨਾ ਆਪਾਂ ਵੀ ਬਾਹਰ ਜਾ ਕੇ ਖੜ੍ਹਦੇ ਪਾਪਾ ਵੀ ਬਾਹਰ ਚਲੇ ਗਏ ਚਲੋ ਚੱਲੀਏ ਆਪਾਂ ਵੀ ਬਾਹਰ ਚੱਲਦੇ ਆ ਨਹੀਂ ਆਪਾਂ ਬਾਹਰ ਆ ਚੁੱਕੇ ਸੀ ਇਹਦੇ ਸਾਈਕਲ ਜਿਹੜੇ ਸਾਨੂੰ ਲੱਗਦੇ ਇਹਦੇ ਆ ਜਿਹੜੇ ਆ ਲੱਗੇ ਹੋਏ ਨੇ ਹਨਾ ਬਾਹਰ ਦਾ ਨਜ਼ਾਰਾ ਕੁਛ ਠੰਡਾ ਠੰਡਾ ਹੋਇਆ ਪਿਆ ਗਾਈਸ ਗੱਡੀ ਆ ਗਈ ਨੋਵਾ ਗੱਡੀ ਤੇ ਗਏ ਸੀਗੇ ਕਿਹੜੀ ਹੈ ਅਰਟਿਗਾ
ਗੱਡੀ ਆ ਗਈ ਆਪਣੀ। ਹੈਲੋ, ਇਹ ਤਿਆਰ ਯਾਰ ਹੋ ਕੇ ਗਏ ਸੀ, ਤੁਹਾਡੀ ਚੁੰਨੀ ਥੱਲੇ ਲੱਗੇ ਆਉਂਦੀ ਆ, ਆ ਵੀ ਗਏ ਦੇਖੋ ਕਿੰਨੀ ਖੇਰ। ਇੱਕ ਮਿੰਟ ਸਾਹਿਬ, ਗੁੱਡ ਨਾਈਟ, ਗੁੱਡ ਨਾਈਟ, ਬਾਏ ਬਾਏ ਸਾਰਿਆਂ ਨੂੰ, ਲਾਈਕ ਭੁੱਲ ਗਿਆ, ਯਾਦ ਕਰ ਲਾ, ਨੀਂਦ ਚ ਨਾ ਨੀਂਦ ਆਈ ਪਈ ਆ, ਸਮਾਈਲਾਂ ਕਰੀ ਜਾਂਦਾ। ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਕੱਲ ਮਿਲਾਂਗੇ ਇੱਕ ਹੋਰ ਨਵੇਂ ਬਲੌਗ ਚ। ਯੈਸ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ। ਟਾਈਮ ਹੋ ਗਿਆ 10:00, ਟਾਈਮ ਹੋ ਗਿਆ 10:02 ਕੇ 2 ਮਿੰਟ, 10:10 ਹੋ ਗਏ, 10:10 ਸਾਹਿਬ ਨੂੰ ਚੜੀ ਪਈ ਆ ਨੀਂਦ, ਕਿਉਂਕਿ ਸਾਰਾ ਦਿਨ ਤਾਂ ਆਪਾਂ ਟਿਕਦੇ ਨਹੀਂ, ਕਦੇ ਆਪਾਂ ਸਾਈਕਲਿੰਗ ਕਰ ਲਈ, ਕਦੇ ਆਪਾਂ ਖੇਡ ਲਏ, ਹੋਰ ਰੀਅਲ ਤਾਂ ਉਹੀ ਹੈ ਨਾ, ਥਕਾਵਟ ਹੋ ਜਾਂਦੀ ਹੈ ਫਿਰ ਇਸ ਵੇਲੇ ਪਤਾ ਨਾ, ਇਹ ਸਭ ਤੋਂ ਪਹਿਲਾਂ ਸੌਂਦਾ ਸਾਡੇ ਸਾਰਿਆਂ 'ਚੋਂ, ਮਿੰਟ ਲਾਉਂਦਾ ਪੈਂਦਾ ਜਾਂਦਾ, ਬਸ ਨਾਲ ਦੀ ਨਾਲ ਸੌ ਜਾਂਦਾ। ਪਾਪਾ ਸਭ ਤੋਂ ਐਂਡ 'ਤੇ ਸੌਂਦੇ ਆ। ਚਲੋ ਓਕੇ ਜੀ, ਬਾਏ ਬਾਏ, ਗੁੱਡ ਨਾਈਟ, ਕੱਲ ਮਿਲਾਂਗੇ ਇੱਕ ਹੋਰ ਨਵੇਂ ਵਲੌਗ ਦੇ ਨਾਲ। ਬੈਲ ਆਈਕਨ ਜ਼ਰੂਰ ਕਲਿੱਕ ਕਰ ਲਿਆ ਕਰੋ, ਔਰ ਨੂੰ ਵੀ ਕਲਿੱਕ ਕਰ ਲਿਆ ਕਰੋ, ਤੇ ਤੁਹਾਨੂੰ ਹਰ ਇੱਕ ਚੀਜ਼ ਦੀ ਨੋਟੀਫਿਕੇਸ਼ਨ ਆਉਂਦੀ ਰਹੂਗੀ, ਠੀਕ ਹੈ। ਓਕੇ ਜੀ, ਬਾਏ ਬਾਏ, ਗੁੱਡ ਨਾਈਟ।